ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਹੈਂਡਵਰਕ ਪਾਰਟੀਵੀਅਰ ਸੂਟ ਆ ਜਿਹੜੇ ਸ਼ੇਅਰ ਕਰ ਰਹੇ ਹਾਂ। ਸੋ ਜਿਵੇਂ ਵੀ ਆਪਾਂ ਨੂੰ ਜੀ ਔਰਡਰ ਆਉਂਦੇ ਆ, ਆਪਾਂ ਐਜ਼ ਇਟ ਇਜ਼ ਸੂਟ ਬਣਾਉਂਦੇ ਹਾਂ। ਉਹ ਸੈਮੀ 'ਤੇ ਵੀ ਹੁੰਦੇ ਆ, ਪਿਓਰ 'ਤੇ ਵੀ ਹੁੰਦੇ ਆ। ਸੋ ਜਦੋਂ ਵੀ ਤੁਸੀਂ ਕੋਈ ਵੀ ਸੂਟ ਬਣਾਉਣਾ, ਤੁਸੀਂ ਐਜ਼ ਇਟ ਇਜ਼ ਪੁੱਛੋਗੇ, ਆਪਾਂ ਤੁਹਾਨੂੰ ਸੈਮੀ ਦਾ ਹੀ ਪ੍ਰਾਈਜ਼ ਦੇਵਾਂਗੇ, ਕਿਉਂਕਿ ਮੋਸਟਲੀ ਜਿਹੜੇ ਹੈਗੇ ਆ ਕਸਟਮਰਸ ਉਹ ਆਪਣੇ ਤੋਂ ਸੈਮੀ 'ਤੇ ਹੀ ਸੂਟ ਰੈਡੀ ਕਰਵਾਉਂਦੇ ਆ। ਪਰ ਕੁਛ ਕੁ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਕੋਈ ਸਪੈਸ਼ਲ ਓਕੇਜ਼ਨ ਲਈ ਚਾਹੀਦਾ, ਸੋ ਉਹ ਫਿਰ ਸਾਨੂੰ ਮੈਂਸ਼ਨ ਕਰਦੇ, ਫਿਰ ਅਸੀਂ ਉਹਨਾਂ ਨੂੰ ਪਿਓਰ ਅਤੇ ਪ੍ਰਾਈਜ਼ ਦੱਸਦੇ ਹਾਂ। ਕਿਉਂਕਿ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਈ ਵਾਰ ਅਸੀਂ ਜਿਵੇਂ ਸੂਟ ਦੱਸ ਦਾਂਗੇ ਕਿ ਪਿਓਰ ਅਤੇ ਤੁਸੀਂ ਜਦੋਂ ਪ੍ਰਾਈਜ਼ ਪੁੱਛਦੇ ਅਸੀਂ ਸੈਮੀ 'ਤੇ ਦੱਸ ਦਿੰਦੇ ਹਾਂ, ਤਾਂ ਸੋ ਮਿਸਅੰਡਰਸਟੈਂਡਿੰਗ ਹੈ ਜਿਹੜੀ ਅਕਸਰ ਹੀ ਹੋ ਜਾਂਦੀ ਹੈ। ਔਰ ਤੁਸੀਂ ਵੀਡੀਓ ਪਲੀਜ਼ ਸਾਰੀ ਦੇਖਿਆ ਕਰੋ, ਕਿਉਂਕਿ ਆਪਾਂ ਕੋਈ ਜ਼ਿਆਦਾ ਲੰਬੀ ਵੀਡੀਓ ਵੀ ਨਹੀਂ ਪਾਉਂਦੇ, ਇਸੇ ਲਈ ਆਪਾਂ ਜਿਹੜੀ ਸ਼ਾਰਟ ਦੇ ਵਿੱਚ ਪਾਉਂਦੇ ਹਾਂ ਕਿ ਸਾਰਿਆਂ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ। ਔਰ ਆਪਣੀ ਵੀ ਆਦਤ ਹੈ ਕਿ ਆਪਾਂ ਹਰ ਇੱਕ ਕੰਮ ਨੂੰ ਜਿਹੜਾ ਬਹੁਤ ਜਲਦੀ ਔਰ ਕੁਛ ਕੁ ਵਰਡਸ ਦੇ ਵਿੱਚ ਖਤਮ ਕਰਕੇ ਜ਼ਿਆਦਾ ਖੁਸ਼ ਹੁੰਦੇ ਹਾਂ। ਸੋ ਇਹ ਹੈ ਜੀ, ਇਹ ਪਿਓਰ 'ਤੇ ਕਲਰ ਹੋਇਆ ਹੋਇਆ। ਅਗਰ ਤੁਸੀਂ ਥੋੜ੍ਹਾ ਚੇਂਜ ਆ ਰਿਹਾ, ਪੀਕੋਕ ਸ਼ੇਡ ਆ, ਬਹੁਤ ਹੀ ਬਲਿਊ ਪੀਕੋਕ ਸ਼ੇਡ ਹੈਗਾ। ਅਗਰ ਤੁਸੀਂ ਇਹਨੂੰ ਸੈਮੀ 'ਤੇ ਬਣਾਉਣਾ, ਤੁਹਾਨੂੰ ਜਿਹੜਾ ਪ੍ਰਾਈਜ਼ ਦੱਸਾਂਗੇ ਆਪਾਂ, ਉਹ ਸੈਮੀ 'ਤੇ ਹੀ ਮੈਂਸ਼ਨ ਕਰਾਂਗੇ। ਕਈ ਵਾਰ ਕੀ ਹੁੰਦਾ ਕਿ ਕਸਟਮਰ ਦੋਨੋਂ ਪ੍ਰਾਈਜ਼ ਲੈ ਲੈਂਦਾ, ਉਹਨਾਂ ਨੂੰ ਜਿਹੜਾ ਸੈੱਟ ਲੱਗਦਾ ਉਹ ਉਸ 'ਤੇ ਉਹਦਾ ਬਣਵਾ ਲੈਂਦੇ ਆ। ਇਹ ਜੀ ਸ਼ਰਟ ਦੇ ਵਿੱਚ ਹੈ, ਇਹ ਜਿਹੜਾ ਓਨਲੀ ਸਟਾਰਸ ਬਣੇ ਹੋਏ ਆ, ਕਲਰਫੁੱਲ ਸਿੱਪੀ ਦੇ ਹੈਂਡਵਰਕ ਦਾ ਕੰਮ ਹੈ ਜੀ, ਪਿਓਰ 'ਤੇ ਬਣਿਆ ਹੋਇਆ ਸੂਟ ਹੈ ਇਹ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਲਰ ਸੈਮੀ ਦੇ ਵਿੱਚ ਨਹੀਂ ਆਉਂਦਾ, ਪਿਓਰ ਦੇ ਵਿੱਚ ਹੀ ਕਈ ਸ਼ੇਡ ਜਿਹੜੇ ਆਉਣ ਵਾਲੇ ਹੁੰਦੇ ਆ। ਸੋ ਇਹ ਇਸ ਤਰ੍ਹਾਂ ਹੈਗਾ ਜੀ, ਔਰ ਇਹਦੇ ਜਿਹੜਾ ਬਾਜੂ ਹੈ ਜਿਹੜੇ ਉਹ ਵੀ ਇਸੇ ਤਰ੍ਹਾਂ ਬਣੇ ਹੋਏ ਹੈ ਜੀ, ਇਹ ਦੇਖ ਸਕਦੇ ਹੋ ਤੁਸੀਂ, ਇਸ ਤਰ੍ਹਾਂ ਬਾਜੂ ਦਾ ਵਰਕ ਕੀਤਾ ਹੋਇਆ। ਔਰ ਇਹਦੀ ਜਿਹੜਾ ਸਲਵਾਰ 'ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਜੀ। ਸੋ ਅਗਰ ਆਪਾਂ ਤੁਹਾਨੂੰ ਇਹ ਸਾਰਾ ਕੁਛ ਦਿਖਾਇਆ ਹੈਗਾ, ਤਾਂ ਜਿਹੜਾ ਸੂਟ ਤਾਂ ਅਸੀਂ ਔਰਡਰ ਕਰੋਂਗੇ, ਸੇਮ ਕਰੋਂਗੇ, ਕਲਰ ਚੇਂਜ ਕਰੋਂਗੇ, ਸੋ ਆਪਾਂ ਤੁਹਾਨੂੰ ਸੇਮ ਹੀ ਬਣਾ ਕੇ ਭੇਜਾਂਗੇ। ਅਗਰ ਤੁਸੀਂ ਸਲਵਾਰ ਹੈਵੀ ਵੀਅਰ ਕਰਦੇ ਹੋ, ਸੋ ਉਹਦੇ ਲਈ ਥੋੜ੍ਹਾ ਵਰਕ ਹੈ ਜਿਹੜਾ ਮੁਸ਼ਕਿਲ ਹੋ ਜਾਂਦਾ, ਫਿਰ ਅਸੀਂ ਜਿਹੜਾ ਵਰਕ ਹੈ ਬਹੁਤ ਘੱਟ ਕਰਦੇ ਹਾਂ। ਅਗਰ ਤੁਸੀਂ ਸਲਵਾਰ 'ਤੇ ਵਰਕ ਕਰਾਉਣਾ, ਤਾਂ ਉਸ ਪਲੀਜ਼ ਮੈਂਸ਼ਨ ਕਰ ਦਿਆ ਕਰੋ। ਔਰਗੈਂਜ਼ਾ ਦੁਪੱਟਾ ਜੀ ਇਹਦਾ, ਫੁੱਲ ਹੈਵੀ ਜਾਲ ਆ ਜਿਹੜਾ ਦੁਪੱਟੇ 'ਤੇ ਬਣਿਆ ਹੋਇਆ। ਇਹ ਦੇਖੋ ਸਾਰੇ ਦੁਪੱਟੇ 'ਤੇ ਜਾਲ ਹੈ, ਔਰ ਬਹੁਤ ਹੀ ਪਿਆਰਾ ਜਿਹੜਾ ਸਾਈਡਸ 'ਤੇ ਕੱਟ ਵਰਕ ਦਿੱਤਾ ਹੋਇਆ ਇਸ ਤਰ੍ਹਾਂ। ਦੇਖੋ ਇਹ ਸਾਰੇ ਤਿੱਲੇ ਦਾ, ਔਰ ਜਿਹੜਾ ਸਿੱਪੀ ਮੋਤੀ ਦਾ ਵਰਕ ਹੈਗਾ, ਸਾਰੇ ਤਿੱਲੇ ਦਾ ਜਾਲ ਹੈਗਾ ਜੀ। ਉਹਦੇ ਵਿੱਚ ਜਿਵੇਂ ਦੇਖੋ ਸ਼ਾਈਨ ਵਾਲਾ ਬਾਦਲਾ ਟਾਈਪ ਲੱਗਿਆ ਹੋਇਆ। ਸੋ ਇਹ ਜਦੋਂ ਤੁਸੀਂ ਵੀਅਰ ਕਰਦੇ ਹੋ, ਸੋ ਬਹੁਤ ਹੀ ਪਿਆਰਾ ਇਹ ਲੁੱਕ ਆਉਂਦੀ ਹੈ। ਇਹ ਦੇਖੋ ਫੁੱਲ ਹੈਵੀ ਸੂਟ ਹੈ ਜੀ। ਇਸ ਤਰ੍ਹਾਂ ਦੇ ਸੂਟ ਅਗਰ ਪਿਓਰ 'ਤੇ ਬਣਾਓਗੇ ਤਾਂ ਕਾਫੀ ਕੋਸਟਲੀ ਪੈਂਦੇ ਆ। ਸੋ ਸੈਮੀ ਜਿਵੇਂ ਵੀ ਤੁਸੀਂ ਬਣਾਉਣਾ ਹੋਇਆ, ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਅਤੇ ਪ੍ਰਾਈਜ਼ ਲੈ ਸਕਦੇ ਹੋ। ਅਗਰ ਤੁਹਾਨੂੰ ਪ੍ਰਾਈਜ਼ ਠੀਕ ਲੱਗਦਾ, ਦੈਨ ਤੁਸੀਂ ਆਪਣਾ ਔਰਡਰ ਹੈ ਜਿਹੜਾ ਕਰ ਸਕਦੇ ਹੋ। ਸੋ ਇਹ ਹੈਗਾ ਜੀ ਸੂਟ ਪਿਓਰ ਸਿਲਕ 'ਤੇ, ਪਿਓਰ ਗਾਵਾਡਿਨ ਸਿਲਕ ਹੈ ਜੀ। ਇਹ ਮੈਰੂਨ, ਰੈੱਡ ਮੈਰੂਨ ਸ਼ੇਡ ਹੈਗਾ ਜੀ ਇਹਦਾ। ਸੋ ਇਹ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹ ਘੇਰਾ ਬਣਿਆ ਹੋਇਆ ਜੀ। ਸਾਰੇ ਦੇ ਵਿੱਚ ਜਾਲ ਹੈਗਾ, ਔਰ ਇਹਦਾ ਜਿਹੜਾ ਗਲਾ ਹੈਗਾ ਆਪਾਂ ਇਸ ਤਰ੍ਹਾਂ ਚੌਰਸ ਦਿੱਤਾ ਹੋਇਆ। ਸੋ ਬੈਕ 'ਤੇ ਵੀ ਆਪਣੇ ਘੇਰੇ 'ਤੇ ਇਸ ਤਰ੍ਹਾਂ ਦਾ ਵਰਕ ਆਊਗਾ ਜੀ।
ਔਰ ਇਹ ਬਾਜੂ ਹੈ ਜੀ, ਔਰ ਇਹਦੇ ਸਲਵਾਰ 'ਤੇ ਵੀ ਬਾਰਡਰ ਬਣਿਆ ਹੋਇਆ। ਸੋ ਇਹ ਮੈਰੂਨ ਕਲਰ ਹੈ, ਬਹੁਤ ਹੀ ਪਿਆਰਾ ਜਿਹਾ ਮੈਰੂਨ ਕਲਰ ਹੈ। ਸੋ ਜਿਵੇਂ ਤੁਹਾਨੂੰ, ਅਗਰ ਤੁਸੀਂ ਪਿਓਰ ਵੀਅਰ ਕਰਦੇ ਹੋ ਤੁਹਾਨੂੰ ਪਤਾ ਹੀ ਹੁੰਦਾ ਕਿ ਜਿਹੜਾ ਪਿਓਰ ਦੇ ਰੇਟ ਹੈਗੇ ਆ ਕਾਫੀ ਜਿਹੜਾ ਕੋਸਟਲੀ ਹੈ, ਖਾਸ ਕਰ ਜਿਹੜੇ ਇਹ ਮੇਲ ਡਾਈਡ ਹੈਗੇ ਆ ਇਹ ਗਾਵਾਡਿਨ ਸਿਲਕ ਦੇ ਵਿੱਚ ਹੈ। ਸੋ ਇਹ 800 ਪਲੱਸ ਮੀਟਰ ਹੋ ਜਾਂਦੇ ਆ, ਔਰ 4500 ਦਾ ਓਨਲੀ ਜਿਹੜਾ 4500-5000 ਦੇ ਵਿੱਚ ਇਹ ਜਿਹੜਾ ਸਿੰਗਲ ਆਪਣੇ ਕੋਲ 5 ਮੀਟਰ ਸੂਟ ਆਪਾਂ ਨੂੰ ਮਿਲਦਾ। ਦੁਪੱਟਾ ਐਕਸਟਰਾ ਹੁੰਦਾ ਜੀ, ਅਗਰ ਪਲੇਨ ਦੀ ਗੱਲ ਕਰੀਏ ਤਾਂ 5-6000 ਦਾ ਜਿਹੜਾ ਪਲੇਨ ਮਟੀਰੀਅਲ ਹੋ ਜਾਂਦਾ। ਇਹਦੇ ਵਿੱਚ ਆਪਾਂ ਜਿਵੇਂ ਦੁਪੱਟਾ ਵੀ ਔਰਗੈਂਜ਼ਾ ਦਾ ਲਾਇਆ ਹੋਇਆ। ਸੋ ਅਗਰ ਇਸ ਤਰ੍ਹਾਂ ਜੀ, ਇਹ ਦੁਪੱਟਾ ਵੀ ਫੁੱਲ ਹੈਵੀ ਹੈ, ਇਹ ਦੇਖੋ ਬਾਰਡਰ ਬਣਿਆ ਹੋਇਆ, ਇਹ ਪੱਲਿਆਂ ਦਾ ਵਰਕ ਹੈ ਜੀ, ਫਿਰ ਸਾਈਡਸ 'ਤੇ ਬਾਰਡਰ ਜਾਂਦਾ ਹੈਗਾ, ਵਿੱਚ ਜਾਲ ਹੈਗਾ। ਸੋ ਇਹ ਫੁੱਲ ਹੈਵੀ ਸੂਟ ਦੁਪੱਟਾ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਵੀਅਰ ਕਰੋਗੇ, ਇੱਕ ਬ੍ਰਾਈਡਲ ਵੀਅਰ ਸੂਟ ਵੀ ਤੁਸੀਂ ਜਿਹੜਾ ਬਣਾ ਸਕਦੇ ਹੋ। ਜੇਕਰ ਵਰੀ ਦੇ ਵਿੱਚ ਤੁਸੀਂ ਸੂਟ ਲਾਉਣਾ ਚਾਹੁੰਦੇ ਹੋ, ਤੁਹਾਨੂੰ ਸਮਝ ਨਹੀਂ ਲੱਗ ਰਿਹਾ ਕਿ ਤੁਸੀਂ ਕਿਸ ਤਰ੍ਹਾਂ ਦੇ ਸੂਟਸ ਆ ਜਿਹੜੇ ਕਰੋ, ਤਾਂ ਉਹਦੇ ਵਿੱਚ ਜਿਵੇਂ ਆਪਾਂ 2-3 ਸੂਟ ਆ ਜਿਹੜੇ ਫੁੱਲ ਹੈਵੀ ਸੂਟ ਦੁਪੱਟਾ ਜਿਹੜਾ ਬਣਾਉਣੇ ਆ, ਸੋ ਇਹ ਸੂਟ ਤੁਸੀਂ ਉਸ ਟਾਈਪ ਦੇ ਵਿੱਚ ਲੈ ਸਕਦੇ ਹੋ। ਔਰ ਨੈਕਸਟ ਹੈਗਾ ਜੀ ਮਸਟਰਡ ਯੈਲੋ ਸ਼ੇਡ ਦੇ ਵਿੱਚ ਹੈ। ਸੋ ਇਹ ਇਸ ਤਰ੍ਹਾਂ ਜੀ ਘੇਰੇ ਦਾ ਵਰਕ ਹੈ, ਬੈਕ 'ਤੇ ਵੀ ਇਸ ਤਰ੍ਹਾਂ ਦਾ ਕੱਟ ਵਰਕ ਹੈ, ਔਰ ਪੌਂਚੇ 'ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਜੀ, ਸਟ੍ਰੇਟ ਸਲਵਾਰ ਦੇ ਅਕੋਰਡਿੰਗ ਬਣਦਾ ਹੈਗਾ। ਇਹ ਬਾਜੂ ਵੀ ਇਸੇ ਤਰ੍ਹਾਂ ਹੈਵੀ ਬਣਦੀਆਂ ਹੈਗੀਆਂ, ਤੁਸੀਂ ਦੇਖ ਸਕਦੇ ਹੋ। ਥੋੜ੍ਹਾ ਜ਼ਿਆਦਾ ਬ੍ਰਾਈਟ ਆ ਰਿਹਾ, ਇੰਨਾ ਬ੍ਰਾਈਟ ਨਹੀਂ ਹੈਗਾ ਸੂਟ। ਸੋ ਇਹਦਾ ਦੁਪੱਟਾ ਵੀ ਫੁੱਲ ਹੈਵੀ ਦੁਪੱਟਾ ਹੈ ਜੀ। ਇਹ ਆਪਣੇ ਕੋਲ ਕਾਫੀ ਜਿਹੜੇ ਸੂਟਸ ਹੈਗੇ ਆ ਬਣੇ ਹੈਗੇ ਆ, ਕਾਫੀ ਕਲਰਸ ਦੇ ਆਪਾਂ ਇਹ ਸੂਟ ਬਣਾ ਚੁੱਕੇ ਹਾਂ। ਥੋੜ੍ਹੇ ਥੋੜ੍ਹੇ ਗੈਪ 'ਤੇ ਆ ਜਿਹੜਾ ਇਹ ਦੁਪੱਟੇ 'ਚ ਫੁੱਲ ਹੈ। ਜਦੋਂ ਤੁਸੀਂ ਫੁੱਲ ਸੂਟ ਆ ਜਿਹੜਾ ਵੀਅਰ ਕਰਦੇ ਹੋ ਤੇ ਇਹਨਾਂ ਦੀ ਜਿਹੜੀ ਲੁੱਕ ਹੈਗੀ ਆ ਕਾਫੀ ਵਧੀਆ ਆਉਂਦੀ ਹੈ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸ਼ੇਡ ਵਰਕ ਦੇ ਵਿੱਚ ਅਸੀਂ ਕਾਫੀ ਕਲਰਸ ਲਾਉਣੇ ਆ ਜੀ। ਬਿਲਕੁਲ ਲਾਈਟ ਵਾਈਟ ਤੋਂ ਚੱਕਦੇ ਹਾਂ, ਫਿਰ ਲਾਈਟ ਲੈਮਨ, ਫਿਰ ਮੈਂਗੋ ਸ਼ੇਡ, ਔਰ ਸ਼ੇਡ ਦਾ ਕੰਮ ਤੁਸੀਂ ਸਾਡਾ ਦੇਖ ਸਕਦੇ ਹੋ, ਬਹੁਤ ਹੀ ਪਿਆਰਾ ਹੁੰਦਾ। ਸੋ ਅਸੀਂ ਸਿੰਗਲ ਟਾਂਕੇ ਦੇ ਵਿੱਚ ਵੀ, ਕਿਉਂਕਿ ਜਿਹੜੀ ਕਾਰਾਗਰੀ ਹੁੰਦੀ ਹੈ ਜੀ, ਇਹ ਜੇ ਤੁਸੀਂ ਸ਼ੇਡਸ ਫਲਾਵਰ ਦੇ ਲਾਈਟ ਸ਼ੇਡ ਤੋਂ, ਜਿਵੇਂ ਕਾਫੀ ਸ਼ੇਡ ਲਾ ਕੇ ਹੀ ਜਿਹੜੀ ਇਹ ਕੋਈ ਕੋਈ ਕਾਰੀਗਰ ਹੀ ਇਸ ਤਰ੍ਹਾਂ ਦੇ ਸ਼ੇਡਸ ਦੇ ਜਿਹੜੇ ਫਲਾਵਰ ਬਣਾ ਸਕਦਾ। ਸੋ ਕੰਮ ਤੁਹਾਨੂੰ ਸਾਰੇ ਬਹੁਤ ਐਪਰੀਸ਼ੀਏਟ ਕਰਦੇ ਆ। ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲੋਂ ਇੰਨੇ ਰਿਵਿਊ ਹੁੰਦੇ ਆ ਕਿ ਸ਼ੇਅਰ ਵੀ ਨਹੀਂ ਹੁੰਦੇ, ਜਾਂ ਕਈ ਵਾਰ ਕੰਮ ਦੇ ਬਿਜ਼ੀ ਹੋਣ ਕਰਕੇ ਅਸੀਂ ਇੰਨਾ ਕੁਛ ਹੈਂਡਲ ਨਹੀਂ ਕਰ ਸਕਦੇ। ਸੋ ਸਾਰਿਆਂ ਦੇ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗੀ ਜਿਨ੍ਹਾਂ ਕੋਲ ਔਰਡਰ ਗਏ ਹੋਏ ਆ, ਸੋ ਪਲੀਜ਼ ਉਹ ਯੂਟਿਊਬ 'ਤੇ ਜ਼ਰੂਰ ਕਮੈਂਟ ਕਰਨ, ਤਾਂ ਜੋ ਜਿਨ੍ਹਾਂ ਨੇ ਨਵੇਂ ਔਰਡਰ ਦਿੱਤੇ ਹੋਏ ਆ, ਸੋ ਉਹਨਾਂ ਨੂੰ ਥੋੜ੍ਹਾ ਜਿਹਾ ਕਨਫਿਊਜ਼ਨ ਹੁੰਦੀ ਹੈ ਕਿ ਸਾਡੇ ਸੂਟ ਕਿਸ ਤਰ੍ਹਾਂ ਬਣਨਗੇ, ਉਹਨਾਂ ਨੂੰ ਥੋੜ੍ਹਾ ਰਿਲੈਕਸ ਫੀਲ ਕਰਨ ਉਹ
ਕਿਉਂਕਿ ਅਸੀਂ ਜੋ ਚੀਜ਼ ਦਿਖਾਉਂਦੇ ਹਾਂ ਜੀ ਉਹੀ ਆਪਣੇ ਬਣ ਕੇ ਜਾਂਦੀ ਹੈਗੀ ਹੈ। ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵਾਂ ਨਵਾਂ ਆਈਡੀਆਜ਼ ਆ ਜਿਹੜੇ ਸ਼ੇਅਰ ਕਰਦੇ ਰਹਾਂਗੇ। ਸੀਜ਼ਨ ਦਾ ਜਿਹੜਾ ਸਟਾਰਟ ਹੋ ਚੁੱਕਿਆ ਜੀ, ਸੋ ਤੁਸੀਂ ਵੀ ਔਡਰ ਕਰ ਸਕਦੇ ਹੋ। ਅਗਰ ਤੁਹਾਡਾ ਜਨਮ ਜਾਂ ਫੈਬ ਦੇ ਵਿੱਚ ਮੈਰਿਜ ਹੈ ਤਾਂ ਤੁਸੀਂ ਹੁਣ ਔਡਰ ਕਰ ਸਕਦੇ ਹੋ, ਕਿਉਂਕਿ ਜਦੋਂ ਸੀਜ਼ਨ ਜਿਹੜਾ ਵਿੰਟਰ ਸੀਜ਼ਨ ਸਟਾਰਟ ਹੋ ਜਾਂਦਾ ਸੋ ਧੁੰਦਾਂ ਕਰਕੇ ਜਾਂ ਕਾਫੀ ਕੁਛ ਕਰਕੇ ਆਪਣੇ ਕੋਲ ਜਿਹੜਾ ਡਾਈ ਦਾ ਕੰਮ ਹੈ ਉਹ ਪ੍ਰੋਪਰ ਨਹੀਂ ਹੁੰਦਾ। ਸੋ ਅਗਰ ਡਾਈ ਸਹੀ ਹੋ ਜਾਂਦਾ ਤਾਂ ਸੂਟ ਤੁਹਾਡਾ ਸਮਝ ਲਓ ਬਣ ਗਿਆ। ਸੋ ਉਹਨਾਂ ਨੂੰ ਵੀ ਮੈਂ ਰਿਕੁਐਸਟ ਕਰੂੰਗੀ ਕਿ ਅਸੀਂ ਥੋੜ੍ਹਾ ਜਿਹਾ ਪ੍ਰੋਸੈਸ ਆ ਜਿਵੇਂ ਚਲਾ ਲੈਂਦੇ ਹਾਂ ਤਾਂ ਫਿਰ ਜਿਹੜਾ ਡਾਈ ਵਗੈਰਾ ਹੋਏ ਹੋਣ ਤਾਂ ਫਿਰ ਸੂਟ ਆ ਜਿਹੜਾ ਬਹੁਤ ਜਲਦੀ ਬਣ ਜਾਂਦੇ ਆ ਜੀ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਹਾਂਗੇ ਬਣੇ ਵਿੱਚ ਵੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।